ਇੱਕ ਵਾਰ ਫਿਰ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਤੁਹਾਡਾ ਆਪਣਾ ਪ੍ਰੋਗਰਾਮ ਅੱਜ ਦਾ ਮੁੱਦਾ, ਤੇ ਮੈਂ ਤੁਹਾਡੀ ਹੋਸਟ ਆਸ਼ਮਿਤਾ। ਗੱਲ ਹੋ ਰਹੀ ਹੈ ਕਰੋਨਾ ਵਾਇਰਸ ਦੀ ਇੰਪੈਕਟ ਦੀ ਇੱਥੇ ਦੀ US ਇਕਨੋਮੀ ਤੇ ਲੋਕਲ ਬਿਜ਼ਨਸਿਸ ਤੇ, ਜੋ ਸਾਡੇ ਗੁਰਦੁਆਰੇ ਹਨ ਉਹਨਾਂ ਦੀ ਇਵੈਂਟਸ ਕਿਸ ਤਰ੍ਹਾਂ ਕੈਂਸਲ ਹੋ ਰਹੀ ਹਨ ਜਾਂ ਪੋਸਟਪੋਨ ਹੋ ਰਹੀ ਹਨ, ਇਹਦੀ ਵੀ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕੀਤੀ। ਤੁਹਾਨੂੰ ਇੱਕ ਗੁਰਦੁਆਰੇ ਬਾਰੇ ਦੱਸਿਆ, ਬਟ ਸਾਨੂੰ ਇਹ ਲੱਗਦਾ ਕਿ ਹੋਰ ਵੀ ਗੁਰਦੁਆਰਿਆਂ ਦੇ ਪ੍ਰੋਗਰਾਮ ਇੰਪੈਕਟ ਜ਼ਰੂਰ ਹੋਣਗੇ ਇਸ ਕਰੋਨਾ ਵਾਇਰਸ ਕਰਕੇ। ਅਤੇ ਜਦੋਂ ਲੋਕਲ ਬਿਜ਼ਨਸ ਦੀ ਗੱਲ ਆਉਂਦੀ ਹੈ, ਸਾਡੀ ਕਮਿਊਨਿਟੀ ਵਿੱਚ ਕਾਫੀ ਇਸ ਤਰ੍ਹਾਂ ਦੇ ਬਿਜ਼ਨਸਿਸ ਹਨ ਜੋ ਸ਼ਿਕਾਰ ਬਣ ਰਹੇ ਹਨ ਕਰੋਨਾ ਵਾਇਰਸ ਦੇ ਇਸ ਟਾਈਮ। ਕੁਛ ਤਾਂ ਇਸ ਤਰ੍ਹਾਂ ਦੇ ਬਿਜ਼ਨਸਿਸ ਹਨ ਜਿਨ੍ਹਾਂ ਦੇ ਕੋਲ ਆਪਸ਼ਨ ਨਹੀਂ ਹੈਗੀ ਕਿ ਤੁਸੀਂ ਆਪਣੇ ਇੰਪਲੋਈਜ਼ ਨੂੰ ਰਿਮੋਟਲੀ ਜਾਂ ਵਰਕ ਫਰੋਮ ਹੋਮ ਦਾ ਆਪਸ਼ਨ ਦੇ ਸਕੇ ਹੋ, ਬਿਕੋਜ਼ ਤੁਹਾਡਾ ਅਗਰ ਲਿਕਰ ਸਟੋਰ ਹੈ, ਗੈਸ ਸਟੇਸ਼ਨ ਹੈ, ਗਰੋਸਰੀ ਸਟੋਰ, ਰੈਸਟੋਰੈਂਟ, ਇਹ ਚੀਜ਼ਾਂ ਤਾਂ ਤੁਹਾਨੂੰ ਇੰਪਲੋਈਜ਼ ਦੀ ਵੀ ਲੋੜ ਹੈ, ਤੁਹਾਨੂੰ ਖੁਦ ਵੀ ਉੱਥੇ ਹੋਣਾ ਪੈਂਦਾ ਹੈ, ਐਂਡ ਤੁਹਾਨੂੰ ਪਬਲਿਕ ਦੇ ਨਾਲ ਵੀ ਡੀਲ ਕਰਨਾ ਪੈ ਰਿਹਾ। ਸੋ ਇਹ ਤਾਂ ਇੱਕ ਚੈਲੰਜ ਹੈਗਾ। ਅਤੇ ਜਦੋਂ ਪੈਨਿਕ ਦੀ ਅਤੇ ਰੂਮਰਸ ਦੀ ਗੱਲ ਆਉਂਦੀ ਹੈ, ਕਿਸ ਤਰ੍ਹਾਂ ਕਰੋਨਾ ਵਾਇਰਸ ਸ਼ਿਕਾਰ ਬਣਾ ਰਿਹਾ ਲੋਕਲ ਬਿਜ਼ਨਸਿਸ ਨੂੰ ਇਸ ਟਾਈਮ, ਇਹਦੀ ਵੀ ਥੋੜ੍ਹੀ ਜਾਣਕਾਰੀ ਲੈਂਦੇ ਹਾਂ। ਸਾਡੇ ਮੁੱਦੇ ਦੇ ਕੋਰਸਪੋਂਡੈਂਟ ਹਰਕੀਰਤ ਸਿੰਘ ਆਹਲੂਵਾਲੀਆ ਪਹੁੰਚੇ ਹਨ ਆਪਣਾ ਬਾਜ਼ਾਰ ਵਿੱਚ, ਹਿਕਸਵਿਲ ਵਿੱਚ, ਜਿੱਥੇ ਆਪਣਾ ਬਾਜ਼ਾਰ ਦੇ ਓਨਰਸ ਦੀਪਕ ਭਰਦਵਾਜ ਜੀ ਅਤੇ ਜਸਵਿੰਦਰ ਸਿੰਘ ਜੀ ਥੋੜ੍ਹਾ ਜਿਹਾ ਸ਼ੇਅਰ ਕਰਨਗੇ ਜੋ ਅੱਜ ਇੱਕ ਰੂਮਰ ਫੈਲਿਆ ਉਹਨਾਂ ਦੇ ਆਪਣਾ ਬਾਜ਼ਾਰ ਹਿਕਸਵਿਲ ਲੋਕੇਸ਼ਨ ਕਰਕੇ, ਕਿ ਇਹਦੇ ਵਿੱਚ ਕੁਝ ਕਰੋਨਾ ਵਾਇਰਸ ਦੇ ਇਨਫੈਕਟਿਡ ਲੋਕ ਡਿਸਕਵਰ ਕੀਤੇ ਗਏ ਸਨ, ਬਟ ਉਹਨਾਂ ਨੇ ਕਿਹਾ ਕਿ ਇਹ ਬਿਲਕੁਲ ਰੂਮਰ ਸੀਗਾ ਜੋ ਕਿਸੇ ਨੇ ਜਾਣ ਬੁੱਝ ਕੇ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ, ਬਟ ਸੁਣਦੇ ਹਾਂ ਉਹਨਾਂ ਦੀ ਗੱਲ ਡਾਇਰੈਕਟਲੀ। ਜੀ ਬਿਲਕੁਲ ਅਸ਼ਮਿਤਾ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਸ ਟਾਈਮ ਮੈਂ ਮੌਜੂਦ ਹੈਗਾ ਲੌਂਗ ਆਈਲੈਂਡ ਹਿਕਸਵਿਲ ਆਪਣਾ ਬਾਜ਼ਾਰ ਸਟੋਰ ਦੇ ਵਿੱਚ, ਔਰ ਆਪਣਾ ਬਾਜ਼ਾਰ ਦੀ ਪੂਰੀ ਟੀਮ ਮੇਰੇ ਨਾਲ ਖੜੀ ਹੋਈ ਹੈ। ਇੱਕ ਰਿਊਮਰ ਸਵੇਰੇ ਆਪਣਾ ਬਾਜ਼ਾਰ ਨੂੰ ਲੈ ਕੇ ਸਾਹਮਣੇ ਆਇਆ ਸੀਗਾ, ਜਿੱਥੇ ਕਿਹਾ ਗਿਆ ਕਿ ਆਪਣਾ ਬਾਜ਼ਾਰ ਸਟੋਰ ਬੰਦ ਹੈ ਕਰੋਨਾ ਵਾਇਰਸ ਕਰਕੇ, ਔਰ ਇਹਨਾਂ ਦੇ ਕੋਲ ਸਮਾਨ ਖਤਮ ਹੋ ਗਿਆ। ਸੋ ਤਮਾਮ ਮੈਨੂੰ ਲੱਗਦਾ ਕਿ ਇਹ ਸਾਈਬਰ ਕ੍ਰਾਈਮ ਜਿਹੜਾ ਅੱਜ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ, ਇਹ ਲੋਕਾਂ ਦੇ ਬਕਾਇਦਾ ਮੋਬਾਈਲਾਂ ਦੇ ਵਿੱਚ ਮੈਸੇਜ ਗਏ, ਲੋਕਾਂ ਨੂੰ ਈਮੇਲਸ ਆ ਰਹੀਆਂ ਹਨ ਕਿ ਆਪਣਾ ਬਾਜ਼ਾਰ ਜਿਹੜਾ ਹੈਗਾ ਕਲੋਜ਼ ਹੋ ਚੁੱਕਿਆ ਹੈ ਔਰ ਇੱਥੇ ਸਮਾਨ ਨਹੀਂ ਹੈਗਾ ਔਰ ਲੋਕ ਬਹੁਤ ਪਰੇਸ਼ਾਨ ਹੋ ਰਹੇ ਨੇ, ਗਰੋਸਰੀ ਖਤਮ ਹੋ ਰਹੀ ਹੈ। ਸੋ ਆਪਣਾ ਬਾਜ਼ਾਰ ਦੇ ਓਨਰਸ ਜਸਵਿੰਦਰ ਜੌਹਲ, ਦੀਪਕ ਭਾਰਦਵਾਜ ਜੀ, ਸੋ ਜਿਹੜੇ ਹੋਲਸੇਲਰ ਨੇ, ਨੀਲ ਵੀ ਮੇਰੇ ਨਾਲ ਇੱਥੇ ਮੌਜੂਦ ਨੇ, ਹੀ ਰੀਪ੍ਰਜੈਂਟਸ ਹਾਊਸ ਆਫ ਸਪਾਈਸਿਸ, ਸੋ ਹੀ ਓਨਸ ਦੈਟ ਕੰਪਨੀ ਐਜ਼ ਵੈਲ, ਅਤੇ ਤੁਸੀਂ ਵੇਖ ਸਕਦੇ ਹੋ ਪੂਰੀ ਟੀਮ ਇੱਥੇ ਮੌਜੂਦ ਹੈ, ਸੰਜੀਵ ਜਿੰਦਲ ਜੀ ਮੇਰੇ ਨਾਲ ਇੱਥੇ ਮੌਜੂਦ ਨੇ। ਸੋ ਆਈਡੀਆ ਇਜ਼ ਕਿ ਜਿਹੜਾ ਇੱਥੇ ਪੈਨਿਕ ਸਿਚੁਏਸ਼ਨ ਕ੍ਰੀਏਟ ਕੀਤੀ ਗਈ ਕਰੋਨਾ ਵਾਇਰਸ ਨੂੰ ਲੈ ਕੇ, ਉਹਨੂੰ ਲੈ ਕੇ ਬਕਾਇਦਾ ਸ਼ਾਮ ਨੂੰ ਅੱਜ ਪ੍ਰੈਸ ਕਾਨਫਰੰਸ ਵੀ ਹੋਈ, ਤਮਾਮ ਜਿਹੜੇ ਕਮਿਊਨਿਟੀ ਲੀਡਰ ਸੀਗੇ ਉਹ ਵੀ ਇੱਥੇ ਪਹੁੰਚੇ ਸੀਗੇ, ਤਾਂ ਤੁਸੀਂ ਵੇਖ ਸਕਦੇ ਹੋ ਕਿ ਮਾਹੌਲ ਜਿਹੜਾ ਹੈਗਾ ਇੱਥੇ ਬਿਲਕੁਲ ਖੁਸ਼ ਮਿਜ਼ਾਜ਼ ਮਾਹੌਲ ਬਣਿਆ ਹੋਇਆ, ਬੜੇ ਬਾਕਮਾਲ ਤਰੀਕੇ ਨਾਲ ਇੱਥੇ ਜਿਹੜੇ ਇਹਨਾਂ ਦੇ ਕਸਟਮਰਸ ਨੇ ਉਹ ਆ ਰਹੇ ਨੇ। ਮੈਂ ਗੱਲਬਾਤ ਕਰਨਾ ਚਾਹਾਂਗਾ ਜਸਵਿੰਦਰ ਜੌਹਲ ਜੀ ਹੋਰਾਂ ਤੋਂ, ਦੀਪਕ ਭਾਰਦਵਾਜ ਜੀ ਹੋਰਾਂ ਤੋਂ। ਜਸਵਿੰਦਰ ਜੀ, ਜਿਸ ਤਰੀਕੇ ਦੀ ਇਹ ਪੈਨਿਕ ਸਿਚੁਏਸ਼ਨ ਕ੍ਰੀਏਟ ਕੀਤੀ ਗਈ, ਕੀ ਮੈਸੇਜ ਡਿਲੀਵਰ ਹੁੰਦਾ ਕਮਿਊਨਿਟੀ ਨੂੰ? ਪਹਿਲਾਂ ਤਾਂ ਮੇਰੇ ਵੱਲੋਂ ਔਰ ਆਪਣਾ ਬਾਜ਼ਾਰ ਦੇ ਸਾਰੇ ਸਟਾਫ ਵੱਲੋਂ ਜਿੰਨੇ ਵੀ ਜਸ ਦੇ ਵੀਵਰ ਆ ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਔਰ ਜਸ ਪੰਜਾਬੀ ਦੇ 13 ਸਾਲ ਹੋਣ 'ਤੇ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ, ਪਹਿਲਾਂ ਵੀ ਦੇ ਚੁੱਕੇ ਹਾਂ, ਕੈਲੀਫੋਰਨੀਆ ਨੇ ਸਟੂਡੀਓ ਖੋਲਿਆ ਉਹਨਾਂ ਨੂੰ ਬਹੁਤ ਬਹੁਤ ਵਧਾਈ। ਪੈਨੀ ਜੀ ਨਾਲ ਸਾਡਾ ਬੜਾ ਪੁਰਾਣਾ ਰਿਸ਼ਤਾ ਆ, ਪਰਮਾਤਮਾ ਕਰੇ ਉਹਨਾਂ ਨੂੰ ਦਿਨ ਦੁਣੀ ਰਾਤ ਚੌਗਣੀ ਤਰੱਕੀ ਕਰੇ, ਥੋੜ੍ਹਾ ਜਿਹਾ ਕਹਿਣ 'ਤੇ ਉਹਨਾਂ ਨੂੰ ਤੁਹਾਨੂੰ ਇੱਥੇ ਸਾਨੂੰ ਲਾਈਵ ਕਰਨ ਲਈ ਭੇਜ ਦਿੱਤਾ ਆ। ਮੈਂ ਇੱਕ ਕਹਿਣਾ ਚਾਹੁੰਦਾ ਕਿ ਬਿਜ਼ਨਸ ਦੇ ਵਿੱਚ ਹਮੇਸ਼ਾ ਹੀ ਕੰਪੀਟੀਸ਼ਨ ਹੁੰਦੇ ਆ, ਔਰ ਅਸੀਂ 25 ਸਾਲ ਤੋਂ ਬਿਜ਼ਨਸ ਦੇ ਵਿੱਚ ਹਾਂ, ਪੂਰਾ ਸਾਡਾ ਸਟਾਫ, ਸਾਡੇ ਕੋਈ ਵਰਕਰ ਨਹੀਂ, ਅਸੀਂ ਸਾਰੇ ਇੱਕੋ ਤਰ੍ਹਾਂ ਦੇ ਹੀ ਹਾਂ। ਰਲ ਕੇ ਇਹੀ ਅਸੀਂ ਕਮਿਊਨਿਟੀ ਲਈ ਕੋਸ਼ਿਸ਼ ਕੀਤੀ ਆ ਕਿ ਕਦੇ ਸਾਨੂੰ ਕੋਈ ਕੰਪਲੇਂਟ ਨਾ ਆਵੇ, ਕਦੇ ਅਸੀਂ ਕਿਸੇ ਨਾਲ ਜੈਲਸ ਨਹੀਂ ਕੀਤੀ, ਪਰ ਹੈਲਥੀ ਕੰਪੀਟੀਸ਼ਨ ਅਸੀਂ ਜ਼ਰੂਰ ਕਰਦੇ ਹਾਂ, ਪਰ ਆਹ ਜਿਹੜੀ ਚੀਜ਼ ਕਿਸੇ ਨੇ ਕੀਤੀ ਆ ਇਹਦੇ ਲਈ ਅਸੀਂ ਆਪਣੇ ਆਪ ਨੂੰ ਇਹ ਮਹਿਸੂਸ ਕਰਦੇ ਹਾਂ ਕਿ ਸਾਨੂੰ ਇਹ ਇਨੋਸੈਂਟ ਹੋਣ ਦੀ ਸਜ਼ਾ ਮਿਲ ਰਹੀ ਆ, ਕਿਉਂਕਿ ਅਸੀਂ ਕਦੇ ਕਿਸੇ ਨਾਲ ਆਰਗੂ, ਕਿਸੇ ਨਾਲ ਲੜਾਈ ਝਗੜਾ, ਕਿਸੇ ਨਾਲ ਅਸੀਂ ਲਿਟੀਗੇਸ਼ਨ 'ਚ ਨਹੀਂ ਜਾਣਾ ਚਾਹੁੰਦੇ, ਪਰ ਅਸੀਂ ਜ਼ਰੂਰ ਕਮਿਊਨਿਟੀ ਨੂੰ ਇਹ ਅਰਜ ਕਰਦੇ ਹਾਂ, ਮੀਡੀਆ ਨੂੰ ਅਰਜ ਕਰਦੇ, ਸਾਡੇ ਨਾਲ ਰਹੋ, ਅਸੀਂ ਜ਼ਰੂਰ ਇਸ ਚੀਜ਼ ਦੀ ਇਨਵੈਸਟੀਗੇਟ ਕਰਾਉਣੀ ਆ ਕਿ ਕਿਸਨੇ ਇਹ ਪਾਇਆ ਕਿ ਆਪਣਾ ਬਾਜ਼ਾਰ ਦੇ ਵਿੱਚ ਵਾਇਰਸ ਆ, ਉਹ ਬੰਦ ਹੋ ਗਿਆ ਆ, ਸਮਾਨ ਨਹੀਂ ਹੈ, ਲੋਕਾਂ ਨੂੰ ਪ੍ਰਾਈਸਾਂ ਬਹੁਤ ਲੈ ਰਹੇ ਆ, ਇਸ ਤਰ੍ਹਾਂ ਦਾ ਜਿਹੜਾ ਕੰਪੀਟੀਸ਼ਨ ਆ ਉਹ ਆਪਣੀ ਕਮਿਊਨਿਟੀ ਲਈ ਔਰ ਬਿਜ਼ਨਸਮੈਨ ਵਾਲੇ ਵੀ ਸ਼ਰਮ ਵਾਲੀ ਗੱਲ ਆ, ਕੋਈ ਵੀ ਸੱਚਾ ਬਿਜ਼ਨਸਮੈਨ ਇਸ ਤਰ੍ਹਾਂ ਦੀ ਹਰਕਤ ਨਹੀਂ ਕਰਦਾ, ਔਰ ਬਿਲਕੁਲ ਠੀਕ ਠਾਕ ਆ, ਬਿਲਕੁਲ ਸੇਮ ਪ੍ਰਾਈਸ ਆ, ਸਾਫ਼ ਸੁਥਰੇ ਸਟੋਰ ਆ, ਇਹ ਕਹਿਣ ਦੀ ਕਮਿਊਨਿਟੀ ਨੂੰ ਲੋੜ ਨਹੀਂ ਹੈ, ਕਿਉਂਕਿ ਅਸੀਂ 25 ਸਾਲ ਤੋਂ ਕਮਿਊਨਿਟੀ ਦੇ ਵਿੱਚ ਗੁਜ਼ਰ ਰਹੇ ਹਾਂ, ਸਾਰਿਆਂ ਨੂੰ ਸਾਡੀ ਆਦਤ, ਸਾਡਾ ਸੁਭਾਅ, ਸਾਰਿਆਂ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਅਸੀਂ ਬਿਜ਼ਨਸ ਕਰਦੇ ਹਾਂ।
ਤੇ ਹਰਕੀਰਤ ਇਹ ਸੁਣ ਕੇ ਬਹੁਤ ਹੀ ਹੋਰੇਬਲ ਸਿਚੁਏਸ਼ਨ ਲੱਗ ਰਹੀ ਹੈ ਕਿ ਇਸ ਤਰ੍ਹਾਂ ਕੋਈ ਆਮ ਇੱਕ ਲੋਕਲ ਬਿਜ਼ਨਸ ਨੂੰ ਅਤੇ ਜੋ ਕਮਿਊਨਿਟੀ ਵਿੱਚ ਇੰਡੀਵਿਜੁਅਲਸ ਇੰਨੇ ਸਾਲਾਂ ਤੋਂ ਬਿਜ਼ਨਸ ਕਰ ਰਹੇ ਹਨ, ਕਮਿਊਨਿਟੀ ਨੂੰ ਸਰਵ ਕਰ ਰਹੇ ਹਨ, ਉਹਨਾਂ ਦੇ ਖਿਲਾਫ਼ ਇਸ ਤਰ੍ਹਾਂ ਦੀ ਕੋਈ ਰੂਮਰ ਪਰਪਸ ਦੀ ਕੋਈ ਫੈਲਾਏਗਾ। ਹੋਰ ਕਿਸ ਤਰ੍ਹਾਂ ਇਸ ਵੇਲੇ ਆਪਣਾ ਬਾਜ਼ਾਰ ਜਿੱਦਾਂ ਲੋਕਲ ਬਿਜ਼ਨਸ ਕਿਸ ਤਰ੍ਹਾਂ ਹੋਰ ਇਹ ਸ਼ਿਕਾਰ ਬਣ ਰਹੇ ਹਨ ਇਸ ਵੇਲੇ? ਬਿਲਕੁਲ ਅਸ਼ਮਿਤਾ, ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਸਮਾਲ ਬਿਜ਼ਨਸਿਸ ਜਿਹੜੇ ਨੇ ਉਹ ਜ਼ਿਆਦਾ ਜਿਹੜਾ ਸ਼ਿਕਾਰ ਹੋ ਰਹੇ ਨੇ ਉਹ ਪੈਨਿਕ ਸਿਚੁਏਸ਼ਨ ਕਰਕੇ ਸ਼ਿਕਾਰ ਹੋ ਰਹੇ ਨੇ, ਜੋ ਕਿ ਹਾਈਪ ਕ੍ਰੀਏਟ ਕੀਤੀ ਜਾ ਰਹੀ ਹੈ, ਭਾਵੇਂ ਉਹ ਮੀਡੀਆ ਦੇ ਵਿੱਚ, ਭਾਵੇਂ ਉਹ ਅਫਵਾਹਾਂ ਦਾ ਬਾਜ਼ਾਰ ਸੋਸ਼ਲ ਮੀਡੀਆ ਦੇ ਉੱਤੇ ਗਰਮ ਹੋ ਰਿਹਾ। ਇਸ ਤੋਂ ਪਹਿਲਾਂ ਵੀ ਕਈ ਸਾਰੀਆਂ ਜਾਨਾਂ ਲੋਕਾਂ ਦੀਆਂ ਜਾਂਦੀਆਂ ਸੀਗੀਆਂ, ਜਿਹਦੇ ਵਿੱਚ ਹਰਟ ਅਟੈਕ, ਜਿਹਦੇ ਵਿੱਚ ਹੋਰ ਵੀ ਕਈ ਸਾਰੇ ਵਾਇਰਸਿਸ ਨੇ, ਲੋਕਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ। ਪਰ ਇਸ ਵਾਰ ਜਿਹੜਾ ਕਰੋਨਾ ਵਾਇਰਸ ਦਾ ਸਮਝਿਆ ਜਾਂਦਾ ਕਿ ਹਊਆ ਜ਼ਿਆਦਾ ਬਣਾਇਆ ਜਾ ਰਿਹਾ ਤਾਂ ਕਿ ਲੋਕਾਂ ਦੇ ਵਿੱਚ ਜਿਹੜੀ ਪੈਨਿਕ ਸਿਚੁਏਸ਼ਨ ਹੈ ਉਹ ਕ੍ਰੀਏਟ ਹੋ ਸਕੇ। ਦੀਪਕ ਭਾਰਦਵਾਜ ਜੀ, ਤੁਸੀਂ ਸਹਿਮਤੀ ਰੱਖਦੇ ਹੋ ਇਸ ਗੱਲ ਦੇ ਨਾਲ ਕਿ ਇਹ ਪੈਨਿਕ ਸਿਚੁਏਸ਼ਨ ਜ਼ਿਆਦਾ ਕ੍ਰੀਏਟ ਕੀਤੀ ਜਾ ਰਹੀ ਹੈ ਔਰ ਇਸ ਕਰਕੇ ਸਮਾਲ ਬਿਜ਼ਨਸਿਸ ਨੂੰ ਵੀ ਇੰਪੈਕਟ ਪੈ ਰਿਹਾ? ਬਿਲਕੁਲ ਜੀ, ਅਸੀਂ ਪਿਛਲੇ 10 ਦਿਨ ਤੋਂ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ, ਜਿਸ ਤਰ੍ਹਾਂ ਇਹ ਅਫਵਾਹ ਫੈਲੀ ਆ ਕਿ ਸਮਾਲ ਬਿਜ਼ਨਸਮੈਨ ਨੂੰ, ਸਾਨੂੰ ਵੀ ਕਾਫੀ ਜ਼ਿਆਦਾ ਪ੍ਰੋਬਲਮ ਦਾ ਫੇਸ ਆ ਰਹੀ ਆ, ਕਿਉਂਕਿ ਸਪਲਾਈ ਪਿੱਛੋਂ ਇੰਨੀ ਆ ਨਹੀਂ ਰਹੀ ਔਰ ਸਾਡੇ ਵਰਕਰ ਵੀ ਦਿਨ ਰਾਤ 24 ਆਵਰ ਇਸ ਕੰਮ 'ਤੇ ਲੱਗੇ ਹੋਏ ਕਿ ਕਿਸੇ ਨਾ ਕਿਸੇ ਤਰ੍ਹਾਂ ਕਸਟਮਰ ਦੀ ਜ਼ਰੂਰਤ ਨੂੰ ਪੂਰਾ ਕੀਤਾ ਜਾਵੇ। ਇਹਨੂੰ ਸਟੋਰ ਦੀ ਇੰਨੇ ਸ਼ੋਰਟ ਟਾਈਮ ਦੇ ਵਿੱਚ ਫਿਲਿੰਗ ਕਰਨੀ ਬਹੁਤ ਮੁਸ਼ਕਲ ਆ। ਬਿਲਕੁਲ, ਪਰ ਫਿਰ ਵੀ ਮੈਂ ਆਪਣੇ ਸਾਰੇ ਸਟਾਫ ਦਾ, ਆਪਣਾ ਬਾਜ਼ਾਰ ਦਾ, ਜਿੰਨਾ ਵੀ ਸਟਾਫ ਉਹਦਾ, ਇੰਨਾ ਥੈਂਕ ਯੂ ਕਰਦਾ ਕਿ ਉਹਨਾਂ ਨੇ 24 ਆਵਰ ਲਗਾ ਕੇ ਸਾਡੀ ਕਮਿਊਨਿਟੀ ਦੀ ਸੇਵਾ ਕੀਤੀ ਆ। ਉਹਨਾਂ ਨੇ ਸਾਡੇ ਇਸ ਸਟੋਰ ਦੇ ਮੈਨੇਜਰ ਰੱਖ ਲਓ, ਸਾਡੇ ਫੈਮਿਲੀ ਮੈਂਬਰ ਰੱਖ ਲਓ, ਰਾਣੇ ਦਾ ਤੁਹਾਨੂੰ ਪਤਾ ਹੀ ਆ ਕਿ ਉਹ ਮੈਨੂੰ ਨਹੀਂ ਲੱਗਦਾ ਕਿ ਚਾਰ ਪੰਜ ਘੰਟੇ ਵੀ 24 ਆਵਰ ਦੇ ਵਿੱਚ ਘਰ ਜਾਂਦਾ ਹੋਊਗਾ। ਬਿਲਕੁਲ ਅਸ਼ਮਿਤਾ, ਇੱਕ ਅਫਵਾਹ ਇਹ ਵੀ ਫੈਲਾਈ ਜਾ ਰਹੀ ਹੈ ਕਿ ਜਿਹੜੇ ਪ੍ਰਾਈਸ ਨੇ ਉਹਨਾਂ ਦੇ ਜਿਹੜੇ ਉਹ ਵੀ ਵਧਾ ਦਿੱਤੇ ਗਏ ਨੇ, ਉਹਨਾਂ ਦੇ ਹਾਈਕ ਕਰ ਦਿੱਤੇ ਗਏ ਨੇ ਪ੍ਰਾਈਸ, ਭਾਵੇਂ ਉਹ ਆਪਣਾ ਬਾਜ਼ਾਰ ਹੋਵੇ, ਭਾਵੇਂ ਹੋਰ ਵੱਖ ਵੱਖ ਗਰੋਸਰੀ ਸਟੋਰ ਹੋਣ, ਪਰ ਜਿੱਥੇ ਅਸੀਂ ਆਪਣਾ ਬਾਜ਼ਾਰ ਖੜੇ ਹਾਂ ਕੈਸ਼ ਐਂਡ ਕੈਰੀ, ਇੱਥੇ ਇਹ ਵੀ ਮਾਹੌਲ ਬਣਾਇਆ ਗਿਆ ਕਿ ਜਿਹੜੇ ਪ੍ਰਾਈਸ ਨੇ ਉਹ ਵੀ ਵੱਧ ਗਏ ਨੇ? ਨਹੀਂ, ਉਹ ਤਾਂ ਕਸਟਮਰ ਆ ਰਹੇ ਆ ਅਤੇ ਸਾਰੇ ਦੇਖੇ ਰਹੇ ਆ, ਕੋਈ ਵੀ ਪ੍ਰਾਈਸ ਜੋ ਰੀਜ਼ਨੇਬਲ ਆ, ਥੋੜ੍ਹੀ ਬਹੁਤ ਪ੍ਰਾਈਸ ਪਿੱਛੋਂ ਸਪਲਾਈ ਘਟਣ ਦੇ ਬਾਅਦ ਥੋੜ੍ਹੀ ਬਹੁਤ ਪ੍ਰਾਈਸ ਜ਼ਰੂਰ ਅਸੀਂ ਅੱਪ ਕੀਤੀ ਆ। ਇਹ ਨਹੀਂ ਕਿ ਅਸੀਂ ਕਮਿਊਨਿਟੀ ਨੂੰ ਲੁੱਟਣਾ ਸ਼ੁਰੂ ਕਰ ਦਈਏ, ਉਹ ਸਾਡੇ ਬਲੱਡ 'ਚ ਨਹੀਂ ਹੈ, ਨਾ ਅਸੀਂ ਉਹ ਕੰਮ ਕਦੇ ਆਪਣੀ ਕਮਿਊਨਿਟੀ ਲਈ ਕਰਾਂਗੇ। ਰੀਜ਼ਨੇਬਲ ਪ੍ਰਾਈਸਾਂ ਆ, ਤੁਸੀਂ ਆ ਕੇ ਦੇਖੋ, ਔਰ ਅਸੀਂ ਟਰਾਈ ਕਰ ਰਹੇ ਹਾਂ ਆਪਣੀ ਕਮਿਊਨਿਟੀ ਲਈ ਸਮਾਨ ਦਾ ਅਰੇਂਜ ਕਰਨ ਦਾ, ਕਿਉਂਕਿ ਹੁਣ ਇਸ ਤਰ੍ਹਾਂ ਲੱਗ ਰਿਹਾ ਕਿ ਸਮਾਨ ਕਾਫੀ ਖਤਮ ਹੋ ਰਿਹਾ, ਪਰ ਫਿਰ ਵੀ ਸਾਡੇ ਸਟੋਰ 'ਚ ਆਉਂਗੇ ਸਾਰਾ ਕੁਝ ਹਾਲੇ ਵੀ ਉਸੇ ਤਰ੍ਹਾਂ ਸਟੋਰ ਭਰਿਆ ਆ ਜਿਸ ਤਰ੍ਹਾਂ ਪਹਿਲਾਂ ਸੀ। ਬਿਲਕੁਲ, ਅਤੇ ਜਿਵੇਂ ਸਾਨੂੰ ਇੱਥੇ ਜਸਵਿੰਦਰ ਜੀ ਦੱਸ ਰਹੇ ਨੇ ਕਿ ਸਮਾਨ ਅਵੇਲੇਬਲ ਹੈ, ਪਰ ਸਮਾਨ ਅਵੇਲੇਬਲ ਹੋਲਸੇਲਰ ਦੇ ਕੋਲ ਹੈ ਕਿ ਨਹੀਂ ਹੈ ਇੱਕ ਵੱਡਾ ਸਵਾਲ ਬਣਦਾ। ਸੋ ਆਈ ਡੂ ਹੈਵ ਨੀਲ ਵਿਦ ਮੀ, ਹੀ ਰੀਪ੍ਰਜੈਂਟ, ਹੀ ਓਨਸ ਅ ਕੰਪਨੀ ਹਾਊਸ ਆਫ ਸਪਾਈਸਿਸ, ਐਂਡ ਦਿਸ ਹਾਊਸ ਆਫ ਸਪਾਈਸਿਸ ਆਰ ਨੇਸ਼ਨ ਵਾਈਡ, ਦੇ ਗੋ ਐਵਰੀਵੇਅਰ ਵੈਨ ਇਟ ਕਮਸ ਟੂ ਹੋਲਸੇਲ। ਨੀਲ, ਦੇ ਆਰ ਡੂਇੰਗ ਅ ਯੂ ਨੋ ਗੁੱਡ ਬਿਜ਼ਨਸ ਇਨ ਹੋਲਸੇਲ। ਸੋ ਨੀਲ, ਵੈਨ ਇਟ ਕਮਸ ਟੂ ਹੋਲਸੇਲ, ਸੋ ਡੂ ਯੂ ਹੈਵ ਦੈਟ ਸਟਾਕ, ਸੋ ਦੈਨ ਯੂ ਨੋ ਕਮਿਊਨਿਟੀ ਸ਼ੁੱਡ ਨਾਟ ਗੈਟ ਪੈਨਿਕ ਇਨ ਦੈਟ? I would like the community to know you do not have to turn your basement into an Apna Bazaar. There's enough groceries and food at the Apna Bazaars around the country. There's no reason to panic or to load up on merchandise at this time. Merchandise is coming into the country. The USDA, the FDA, the Indian government, Pakistani government are exporting products, so there's no reason to load up on any merchandise that are not necessary at this time. So do you think, Neil, this is just a panic situation, you know, whomsoever is doing it, he just want to create that kind of, you know, situation in United States? Listen, I think when you go to your stores and you see no chapati flour and no atta and no rice, people want to buy more and keep it at home. It's human nature. I would just say that more merchandise is coming now. There's no reason to panic. There'll be plenty of food in this country and great quality products at Apna Bazaar. ਬਿਲਕੁਲ, ਸੋ ਜਿਵੇਂ ਇਹਨਾਂ ਨੇ ਦੱਸਿਆ ਨੀਲ ਨੇ ਕਿ ਦੇ ਡੂ ਹੈਵ ਸਟਾਕ ਔਰ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ, ਸਿਰਫ ਇੱਕ ਸਿਚੁਏਸ਼ਨ ਕ੍ਰੀਏਟ ਕੀਤੀ ਜਾ ਰਹੀ ਹੈ, ਪੈਨਿਕ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ। ਬਕਾਇਦਾ ਸ਼ਾਮ ਨੂੰ ਅੱਜ ਇੱਥੇ ਅਸ਼ਮਿਤਾ ਕਮਿਊਨਿਟੀ ਲੀਡਰਸ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਸੀਗੀ। ਇਸ ਪ੍ਰੈਸ ਕਾਨਫਰੰਸ ਦੇ ਵਿੱਚ ਤਮਾਮ ਜਾਣੀਆਂ ਮਾਣੀਆਂ ਹਸਤੀਆਂ ਨਿਊਯਾਰਕ, ਨਿਊਜਰਸੀ ਦੀਆਂ ਪਹੁੰਚੀਆਂ ਸੀਗੀਆਂ, ਜਿਨ੍ਹਾਂ ਨੇ ਇਹ ਕਿਹਾ ਕਿ ਇਹ ਸਿਰਫ ਇੱਕ ਮਾਹੌਲ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੰਜੀਵ ਜਿੰਦਲ ਹੋਰਾਂ ਦੀ ਅਗਵਾਈ ਦੇ ਵਿੱਚ ਅੱਜ ਪ੍ਰੈਸ ਕਾਨਫਰੰਸ ਰੱਖੀ ਗਈ ਸੀਗੀ। ਸੰਜੀਵ ਜੀ, ਤੁਸੀਂ ਸਹਿਮਤੀ ਰੱਖਦੇ ਹੋ ਕਿ ਸਿਰਫ ਇਹ ਸਿਚੁਏਸ਼ਨ ਨੂੰ ਪੈਨਿਕ ਕਰਨ ਦੇ ਲਈ ਕੰਮ ਕੀਤਾ ਜਾ ਰਿਹਾ? ਮੈਂ ਅੱਜ ਜਸ ਪੰਜਾਬੀ ਦੇ ਚੈਨਲ ਰਾਹੀਂ ਇੱਕ ਚੀਜ਼ ਜ਼ਰੂਰ ਅਸ਼ਮਿਤਾ ਜੀ ਤੁਹਾਡੇ ਰਾਹੀਂ ਇਹ ਗੱਲ ਕਨਵੇ ਕਰਨਾ ਚਾਹੁੰਦਾ। ਜਦੋਂ ਮੈਨੂੰ 11:30 ਤਕਰੀਬਨ ਪਤਾ ਲੱਗਿਆ ਇਸ ਸਿਚੁਏਸ਼ਨ ਬਾਰੇ ਕਿ ਕਿਸੇ ਨੇ ਇਸ ਤਰ੍ਹਾਂ ਦੀ ਰਿਊਮਰ ਫੈਲਾਈ ਹੈ, ਮੈਂ ਵੀਰ ਜੀ ਹੋਰਾਂ ਨੂੰ ਕਾਲ ਕੀਤੀ ਰਾਈਟ ਵੇ ਅਤੇ ਮੈਂ ਇਹਨਾਂ ਨਾਲ ਡਿਸਕਸ ਕਰਨ ਲੱਗੇ। ਪਹਿਲਾਂ ਤਾਂ ਮੈਨੂੰ ਇਹੀ ਡਰ ਲੱਗ ਰਿਹਾ ਸੀ, ਪਤਾ ਨਹੀਂ ਸਹੀ ਹੈ ਗਲਤ ਹੈ, ਕੀ ਕਹਾਂ ਕੀ ਨਾ ਕਹਾਂ। ਮੈਂ ਬਿਲਕੁਲ ਓਨੈਸਟਲੀ ਅਤੇ ਅਪ ਫਰੰਟਲੀ ਇਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਇੱਦਾਂ ਦੀ ਰਿਊਮਰ ਹੈ ਅਤੇ ਤੁਹਾਡਾ ਕੀ ਕਹਿਣਾ? ਮੈਨੂੰ ਕਹਿੰਦੇ ਵੀ ਬਿਲਕੁਲ ਹੀ ਗਲਤ ਆ।
ਮੈਂ ਕਿਹਾ ਵੀਰ ਜੀ ਠੀਕ ਹੈ ਮੈਂ ਮੰਨਦਾ ਤੁਹਾਡੀ ਗੱਲ ਪਰ ਇਹਨੂੰ ਹੁਣ ਮੈਸੇਜ ਜਿਹੜਾ ਸਰਕੂਲੇਟ ਹੋ ਚੁੱਕਿਆ ਉਹਨੂੰ ਰੋਕਿਆ ਕਿਵੇਂ ਜਾਵੇ। ਫਿਰ ਮੈਂ ਸਾਰੀ ਮੀਡੀਆ ਨੂੰ ਬੇਨਤੀ ਕੀਤੀ, ਮੈਂ ਕਿਹਾ ਵੀ ਆਓ ਆਪਾਂ ਇੱਕ ਪ੍ਰੈਸ ਕਾਨਫਰੰਸ ਕਰੀਏ। ਅਤੇ ਮੈਂ ਖੁਦ ਸਟੋਰ ਆਇਆ ਉਸ ਟਾਈਮ, ਰਾਈਟ ਅਵੇ ਮੈਂ ਸਟੋਰ ਆ ਕੇ ਦੇਖ ਕੇ ਗਿਆ, ਸਟੋਰ ਅਪ ਐਂਡ ਰਨਿੰਗ ਸੀ, ਮੈਨੂੰ ਬੜਾ ਕੋਨਫੀਡੈਂਸ ਆਇਆ ਕਿ ਵਾਕਈ ਇਹ ਗੱਲ ਸਹੀ ਹੈ। ਫਿਰ ਮੈਂ ਵੀਰ ਜੀ ਹੋਰਾਂ ਨੂੰ ਰਿਕੁਐਸਟ ਕੀਤੀ, ਮੈਂ ਕਿਹਾ ਵੀਰ ਜੀ ਲੋਕਾਂ ਦੀ ਜਿਹੜੀ ਸਿਚੁਏਸ਼ਨ ਹੈ ਉਹ ਇਸ ਕਦਰ ਭੜਕ ਰਹੀ ਹੈ ਕਿ ਤੁਹਾਡੇ ਕੋਲ ਸਮਾਨ ਨਹੀਂ। ਮੈਂ ਵੇਅਰ ਹਾਊਸ ਵਿਜ਼ਿਟ ਕਰਕੇ ਆਇਆ, ਵੇਅਰ ਹਾਊਸ 'ਚ ਇੰਨਾ ਕੁ ਸਮਾਨ ਪਿਆ ਕਿ ਜੇ ਤੁਸੀਂ 4 ਮਹੀਨੇ ਲਗਾਤਾਰ ਵੀ ਸਮਾਨ ਸਾਡੇ ਕੋਲੋਂ ਖਰੀਦਦੇ ਰਹੋ ਇਸ ਸਟੋਰ ਦੇ ਵਿੱਚੋਂ, ਤਾਂ ਵੀ ਸਾਡੇ ਕੋਲ ਇਨਫ ਸਮਾਨ ਹੈ। ਜਿੱਦਾਂ ਕਿ ਹੁਣ ਹੋਲਸੇਲਰ ਵੀ ਸਾਡੇ ਨਾਲ ਹਾਊਸ ਆਫ ਸਪਾਈਸੀ ਦੇ ਖੜ੍ਹੇ ਨੇ, ਉਹ ਮੇਕ ਸ਼ੋਰ ਕਰਾ ਰਹੇ ਨੇ ਤੁਹਾਨੂੰ ਸਾਰਿਆਂ ਨੂੰ ਕਿ ਤੁਹਾਨੂੰ ਪੈਨਿਕ ਹੋਣ ਦੀ ਲੋੜ ਨਹੀਂ। ਸਭ ਤੋਂ ਵੱਡੀ ਪ੍ਰੋਬਲਮ ਕਦੋਂ ਕ੍ਰੀਏਟ ਹੁੰਦੀ ਹੈ ਕਿ ਐਜ਼ ਪਰ ਨੀਲ ਸੈਡ ਕਿ ਡੋਂਟ ਮੇਕ ਯੂਅਰ ਬੇਸਮੈਂਟ ਐਜ਼ ਏ ਆਪਣਾ ਬਾਜ਼ਾਰ ਬੇਸਮੈਂਟ। ਪਲੀਜ਼ ਡੋਂਟ ਡੂ ਦੈਟ, ਯੂ ਨੋ ਯੂ ਵਟ ਐਵਰ ਯੂ ਨੀਡ ਇਟ ਵੀ ਹੈਵ ਐਵਰੀਥਿੰਗ। ਜਿਹੜੀ ਪ੍ਰਾਈਸਿਸ ਦੀ ਤੁਸੀਂ ਗੱਲ ਕਰ ਰਹੇ ਹੋ, ਜਸਵਿੰਦਰ ਵੀਰ ਜੀ ਹੋਰਾਂ ਨੇ ਪ੍ਰਾਈਸਿਸ ਦੀ ਗੱਲ ਕੀਤੀ ਹੈ, ਤੁਸੀਂ ਆ ਕੇ ਦੇਖੋਗੇ ਕਿ ਇੱਥੇ ਪ੍ਰਾਈਸਿਸ, ਜੇ ਤੁਸੀਂ ਸੈਨੀਟਾਈਜ਼ਰ ਦੇਖ ਰਹੇ ਹੋ ਮਾਰਕੀਟ 'ਚ, ਸੈਨੀਟਾਈਜ਼ਰ $70 ਦਾ ਮਿਲ ਰਿਹਾ, ਇੱਥੇ ਉਹੀ ਸੈਨੀਟਾਈਜ਼ਰ ਤੁਹਾਨੂੰ ਸੇਮ ਕੋਸਟ 'ਤੇ, ਜਿਹੜੀ ਪੁਰਾਣੀ ਕੋਸਟਿੰਗ ਸੀਗੀ ਸੇਮ ਕੋਸਟਿੰਗ 'ਤੇ ਲੱਗਿਆ ਹੋਇਆ ਮਿਲੂਗਾ। ਮਤਲਬ ਐਸੀ ਕੋਈ ਗੱਲ ਨਹੀਂ। ਜੇ ਤੁਸੀਂ ਸਾਡਾ ਸਟੋਰ ਦੇਖੋ, ਇਸ ਟਾਈਮ ਪੂਰਾ ਭਰਿਆ ਹੋਇਆ ਸਟੋਰ ਹੈ ਅਤੇ ਪੂਰੀ ਫੁੱਲ ਕਰਾਊਡਿਡ ਸਟੋਰ ਹੈ। ਅਤੇ ਜਿਹੜੇ ਲੋਕ ਇਸ ਤਰ੍ਹਾਂ ਦੀਆਂ ਅਫਵਾਹਾਂ ਫੈਲਾ ਰਹੇ ਨੇ, ਇਸ ਤਰ੍ਹਾਂ ਦਾ ਸਾਈਬਰ ਕ੍ਰਾਈਮ ਕਰ ਰਹੇ ਨੇ, ਉਹਨਾਂ ਅਗੇਂਸਟ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਹੈ। ਸਾਡੀ ਕਮਿਊਨਿਟੀ ਨੂੰ ਹਮੇਸ਼ਾ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ, ਸਭ ਤੋਂ ਪਹਿਲੀ ਗੱਲ। ਦੂਸਰੀ ਗੱਲ, ਜਿਹੜਾ ਵੀ ਬੰਦਾ, ਜਿਹੜਾ ਵੀ ਕੋਈ ਸ਼ਖਸ ਇੱਦਾਂ ਦਾ ਰਿਊਮਰ ਫੈਲਾਉਂਦਾ, ਸਾਨੂੰ ਸਾਰੀ ਕਮਿਊਨਿਟੀ ਨੂੰ ਇਕੱਠੇ ਹੋ ਕੇ ਅਗੇਂਸਟ ਉਸ ਬੰਦੇ ਦੇ ਸਾਨੂੰ ਕਾਰਵਾਈ ਕਰਨੀ ਚਾਹੀਦੀ ਹੈ। ਸਾਨੂੰ ਪੁਲਿਸ ਰਿਪੋਰਟ ਕਰਨੀ ਚਾਹੀਦੀ ਹੈ, ਸਾਨੂੰ ਸਾਈਬਰ ਕ੍ਰਾਈਮ ਸੈੱਲ ਯੂਨਿਟ ਨੂੰ ਰਿਪੋਰਟ ਕਰਨਾ ਚਾਹੀਦਾ, ਸਾਨੂੰ ਵੀ ਡੈਫੀਨੇਟਲੀ ਨੀਡ ਟੂ ਵਰਕ ਟੁਗੈਦਰ। ਬਿਲਕੁਲ ਕੰਡੈਮ ਕਰਨਾ ਚਾਹੀਦਾ। ਅਤੇ ਹਰਕੀਰਤ, ਅਗਰ ਆਪਾਂ ਇਸ ਵੇਲੇ ਮਾਹੌਲ ਦੀ ਗੱਲ ਕਰੀਏ ਉੱਥੇ ਆਪਣਾ ਬਾਜ਼ਾਰ, ਇਹ ਤਾਂ ਚਲੋ ਆਪਾਂ ਸੁਣ ਲਿਆ ਕਿ ਜੋ ਰੂਮਰਸ ਫੈਲਾਏ ਜਾ ਰਹੇ ਹਨ ਕਿ ਆਪਣਾ ਬਾਜ਼ਾਰ ਵਿੱਚ ਕੁਛ ਵਾਇਰਸ ਦੀ ਕੰਪਲੇਂਟ ਆਈ ਸੀ, ਉਹ ਬਿਲਕੁਲ ਗਲਤ ਹੈਗੀ। ਅਤੇ ਦੂਜੀ ਚੀਜ਼ ਕਿ ਆਪਣਾ ਬਾਜ਼ਾਰ ਵਿੱਚ ਕਿੰਨੇ ਸਟੋਕਸ ਹਨ, ਸਟੋਕਸ ਲੋਅ ਰਨ ਹੋ ਰਹੇ ਹਨ, ਲੋਕਾਂ ਲਈ ਸਮਾਨ ਵੀ ਹੈਗਾ ਨਹੀਂ ਹੈਗਾ। ਅਤੇ ਇਸ ਵੇਲੇ ਔਨ ਦਾ ਗਰਾਊਂਡ ਕੀ ਮਾਹੌਲ ਮਹਿਸੂਸ ਹੋ ਰਿਹਾ ਆਪਣਾ ਬਾਜ਼ਾਰ ਹਿਕਸਵਿਲ ਦੀ ਲੋਕੇਸ਼ਨ ਵਿੱਚ? ਅਸ਼ਮਿਤਾ, ਬਿਲਕੁਲ ਮੈਂ ਵਿਖਾਉਣਾ ਚਾਹਾਂਗਾ ਕਿ ਤੁਸੀਂ ਵੇਖ ਸਕਦੇ ਹੋ, ਮੈਂ ਤੁਹਾਨੂੰ ਪੈਨ ਕਰਕੇ ਦਿਖਾਉਣਾ ਕੈਮਰਾ ਕਿ ਇੱਥੇ ਬਕਾਇਦਾ ਜਿਹੜੇ ਇਹਨਾਂ ਦੇ ਕਸਟਮਰਸ ਨੇ ਉਹ ਹੁੰਮ ਆ ਕੇ ਇੱਥੇ ਪਹੁੰਚ ਰਹੇ ਨੇ, ਔਰ ਬਕਾਇਦਾ ਇੱਥੇ ਜਿਹੜੇ ਇਹਨਾਂ ਦੇ ਰੈਗੂਲਰ ਕਸਟਮਰਸ ਨੇ ਉਹ ਵੀ ਇੱਥੇ ਪਹੁੰਚ ਰਹੇ ਨੇ, ਭਾਵੇਂ ਉਹ ਫਰੈਸ਼ ਵੈਜੀਟੇਬਲਸ ਹੋਣ, ਭਾਵੇਂ ਫਰੈਸ਼ ਫਰੂਟਸ ਹੋਣ, ਭਾਵੇਂ ਉਹ ਇਹਨਾਂ ਦੀ ਜਿਹੜੇ ਇਨ ਹਾਊਸ ਸਮਾਨ ਹੈ ਉਹ ਹੋਵੇ, ਸਾ ਉਹਨੂੰ ਤੁਸੀਂ ਦੇਖ ਸਕਦੇ ਹੋ ਕਿ ਬਕਾਇਦਾ ਇੱਥੇ ਲੋਕ ਆਪਣੇ ਪਹੁੰਚ ਰਹੇ ਨੇ, ਭਾਵੇਂ ਉਹ ਐਡੀਸਨ ਨਿਊ ਜਰਸੀ ਦੇ ਆਪਣਾ ਬਾਜ਼ਾਰ ਹੋਣ, ਭਾਵੇਂ ਉਹ ਨਿਊਯਾਰਕ ਦੇ ਹੋਣ, ਭਾਵੇਂ ਉਹ ਤਮਾਮ ਵਰਲਡ ਵਾਈਡ ਨੇਸ਼ਨ ਵਾਈਡ, ਮੈਂ ਮਾਫੀ ਚਾਹਾਂਗਾ, ਤਮਾਮ ਜਿਹੜੇ ਨੇਸ਼ਨ ਵਾਈਡ ਇਹਨਾਂ ਦੇ ਆਪਣਾ ਬਾਜ਼ਾਰ ਗਰੋਸਰੀ ਸਟੋਰਸ ਨੇ, ਕੈਸ਼ ਐਂਡ ਕੈਰੀ, ਉਹ ਬਕਾਇਦਾ ਖੋਲ੍ਹੇ ਹੋਏ ਨੇ। ਸਿਰਫ ਇੱਕ ਤਰੀਕੇ ਦਾ ਰਿਊਮਰ ਜਿਹੜਾ ਉਹ ਕ੍ਰੀਏਟ ਕੀਤਾ ਜਾ ਰਿਹਾ, ਔਰ ਇਹਦੇ ਵਿੱਚ ਕੋਈ ਵੀ ਜਿਹੜੀ ਖਬਰ ਹੈ ਉਹ ਸੱਚ ਨਹੀਂ ਹੈਗੀ। ਪਰ ਹਾਂ, ਜਿੱਥੇ ਲੋਕਾਂ ਨੂੰ ਪੈਨਿਕ ਕਰਕੇ, ਕਰੋਨਾ ਵਾਇਰਸ ਕਰਕੇ ਸਮਾਲ ਬਿਜ਼ਨਸਿਸ ਨੂੰ ਨੁਕਸਾਨ ਹੋ ਰਿਹਾ, ਉੱਥੇ ਜਿਹੜਾ ਰਿਟੇਲਰ ਹੈ, ਹੋਲਸੇਲਰ ਹੈ ਅਸ਼ਮਿਤਾ, ਉਹਨੂੰ ਵੀ ਨੁਕਸਾਨ ਹੋ ਰਿਹਾ। ਮੇਰੇ ਨਾਲ ਇੱਥੇ ਸ਼ੁੱਧ ਪ੍ਰਕਾਸ਼ ਸਿੰਘ ਜੀ ਜੁੜ ਗਏ ਨੇ, ਜੋ ਕਿ ਕੁੰਦਨ ਗੈਲੇਰੀਆ ਦੇ ਇਸ ਬਿਲਡਿੰਗ ਦੇ ਮਾਲਿਕ ਹਨ, ਔਰ ਬਕਾਇਦਾ ਸ਼ਾਮ ਨੂੰ ਅੱਜ ਪ੍ਰੈਸ ਕਾਨਫਰੰਸ ਵੀ ਜਦ ਹੋਈ ਸੀਗੀ ਤਾਂ ਉਹਨਾਂ ਨੇ ਵੀ ਸ਼ਮੂਲੀਅਤ ਕੀਤੀ ਸੀਗੀ। ਸ਼ੁੱਧ ਜੀ, ਤੁਸੀਂ ਦੇਖਿਆ ਕਿ ਕਾਫੀ ਸਾਰੇ ਤੁਹਾਡੇ ਇਸ ਬਿਲਡਿੰਗ ਦੇ ਵਿੱਚ ਬਿਜ਼ਨਸਿਸ ਨੇ, ਸਮਾਲ ਬਿਜ਼ਨਸਿਸ ਵੀ ਨੇ, ਕਿ ਐਵੇਂ ਦੀ ਕੋਈ ਗੱਲ ਹੈ ਕਿ ਕਰੋਨਾ ਵਾਇਰਸ ਕਰਕੇ ਜਿਹੜਾ ਰਿਊਮਰ ਕ੍ਰੀਏਟ ਕੀਤਾ ਜਾ ਰਿਹਾ ਔਰ ਬਿਜ਼ਨਸਿਸ ਨੂੰ ਇੰਪੈਕਟ ਹੋ ਰਿਹਾ? ਐਬਸੋਲੂਟਲੀ ਨਾਟ, ਨਾ ਕੋਈ ਕੁੰਦਨ ਗੈਲਰੀਆ ਦੇ ਵਿੱਚ ਕਿਸੇ ਜਗ੍ਹਾ ਹੈਗਾ, ਅਤੇ ਨਾ ਆਪਣਾ ਬਾਜ਼ਾਰ ਵਿੱਚ। ਆਪਣਾ ਬਾਜ਼ਾਰ ਦਾ ਖਾਸ ਕਰ ਤੁਹਾਡੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ, ਤੁਹਾਡਾ ਆਪਣਾ ਹੀ ਬਾਜ਼ਾਰ ਹੈ, ਅਤੇ 30 ਸਾਲ ਤੋਂ ਇਹਨਾਂ ਦੀ ਰੈਪੂਟੇਸ਼ਨ ਹੈ ਕਲੈਨਲੀਨੈਸ ਦੀ, ਹਰ ਚੀਜ਼ ਦੀ, ਬਾਇਲੋ ਜੋ ਵੀ ਰੂਲਸ ਰੈਗੂਲੇਸ਼ਨ ਉਸ ਤਰ੍ਹਾਂ ਚੱਲਦੇ ਨੇ ਸਾਰਾ ਕੁਛ, ਅਤੇ ਕੋਈ ਇਸ ਤਰ੍ਹਾਂ ਦਾ ਕਦੇ ਨਾ ਕੁਛ ਸੁਣਿਆ, ਨਾ ਕਿਸੇ ਕਸਟਮਰ ਨੇ ਅੱਜ ਤੱਕ ਕਿਹਾ, ਇਹ ਤਾਂ ਐਵੇਂ ਕਿਸੇ ਨੇ ਝੂਠੀ ਅਫਵਾਹ ਫੈਲਾਈ। ਸੋ ਜਿਵੇਂ ਸਾਨੂੰ ਇੱਥੇ ਦੱਸਿਆ ਸ਼ੁੱਧ ਪ੍ਰਕਾਸ਼ ਜੀ ਹੋਰਾਂ ਨੇ ਕਿ ਇਹ ਸਿਰਫ ਅਫਵਾਹਾਂ ਦਾ ਬਾਜ਼ਾਰ ਗਰਮ ਹੋਇਆ, ਆਪਣਾ ਬਾਜ਼ਾਰ ਕੈਸ਼ ਐਂਡ ਕੈਰੀ ਜਿਸ ਤਰੀਕੇ ਨਾਲ ਚੱਲਦਾ ਸੀਗਾ ਉਸੇ ਤਰੀਕੇ ਨਾਲ ਚੱਲ ਰਿਹਾ, ਬਲਕਿ ਮੈਂ ਇਹ ਕਹਿਣਾ ਚਾਹਾਂਗਾ ਜਿਹੜੇ ਇੱਥੇ ਇਹਨਾਂ ਦੇ ਕਸਟਮਰਸ ਨੇ ਜੋ ਕਿ ਬਾਇਕਰਾਂ ਆ ਰਹੇ ਨੇ ਉਹ ਵੀ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚ ਰਹੇ ਨੇ, ਤਾਂ ਸਿਰਫ ਇਹੀ ਸੁਨੇਹਾ ਜਿਹੜਾ ਹੈਗਾ ਕਮਿਊਨਿਟੀ ਵੱਲੋਂ ਜਾ ਰਿਹਾ ਸਾਡੇ ਜਸ ਪੰਜਾਬੀ ਦੇ ਦਰਸ਼ਕਾਂ ਨੂੰ ਕਿ ਸਿਰਫ ਇੱਕ ਪੈਨਿਕ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ, ਔਰ ਜੇ ਵੀ ਜਿਹੜੀ ਵੀ ਅਫਵਾਹਾਂ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਵੇਖ ਰਹੇ ਹੋ ਉਹਨਾਂ ਦੇ ਉੱਤੇ ਗੌਰ ਨਾ ਕੀਤਾ ਜਾਵੇ। ਸਾਨੂੰ ਜਿਹੜੀ ਹਾਈਜੀਨ ਦੀ ਗੱਲ ਇੱਥੇ ਕੀਤੀ ਗਈ, ਸਾਨੂੰ ਉਹਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈਗਾ, ਜਿਵੇਂ ਕਿ ਸਾਨੂੰ ਆਪਣੇ ਹੱਥਾਂ ਨੂੰ ਵਾਸ਼ ਕਰਨਾ ਬਹੁਤ ਜ਼ਰੂਰੀ ਹੈਗਾ। ਡਾਕਟਰ ਸਾਨੂੰ ਹੋਰ ਵੀ ਸਲਾਹ ਦੇ ਰਹੇ ਨੇ ਕਿ ਅਸੀਂ ਪਬਲਿਕ ਪਲੇਸਿਸ ਤੋਂ ਦੂਰ ਰਹੀਏ, ਬਟ ਪ੍ਰੀਕੋਸ਼ਨਸ ਜਿਹੜੇ ਆ ਉਹ ਅਸੀਂ ਲੈ ਸਕਦੇ ਹਾਂ, ਪਰ ਸਾਨੂੰ ਪੈਨਿਕ ਸਿਚੁਏਸ਼ਨ ਕ੍ਰੀਏਟ ਜਿਹੜੀ ਹੈ ਉਹ ਨਹੀਂ ਕਰਨੀ ਚਾਹੀਦੀ। ਅਸ਼ਮਿਤਾ, ਬੈਕ ਟੂ ਯੂ।
थैंक यू हरकीरत। तो ये सी अपना बाजार हिक्सविल दी मैनेजमेंट ओनरशिप जसविंदर जोहल जी ते दीपक भरद्वाज जिन्हां ने तुहानू दस्या इस वेले कि जो ये रूमर फैलाया गया सी अज के उन्हां दे स्टोर विच कुछ करोना वायरस करके कुछ सिचुएशन हैगी वो बिल्कुल गलत है। उन्हां दा स्टोर भी तुसी हुण देख लिया उत्थे लोग नॉर्मल शॉपिंग कर रहे हैं, उत्थे स्टॉक्स भी नॉर्मली सप्लाइड हैगे। तो ये चीज़ जरूर तुसी गलत फहमी च ना आओ कि करोना वायरस करके इन्नी ज़्यादा इन्फॉर्मेशन इस वेले छड़ी जा रही है कि लोगों को यह नहीं पता कि गलत ते की सही हैगी। बट इतने आप रुकते एक छोटी जी ब्रेक लिए, कॉलर्स भी जुड़ चुके हैं, तुसी प्लीज़ होल्ड करके रखियो। तो अगर होर भी कॉलर जुड़ना चाहते तो भी गल जरूर सुनी जाओगी ब्रेक तो बाद।